ਮੈਂ ਗੁਜ਼ਿਸ਼ਤਾ 3 ਸਾਲ ਤੋਂ ਅਸੀਂ ਇਹ ਕੰਮ ਕਰ ਰਹੇ ਹਾਂ। ਪਹਿਲੇ ਤਾਂ ਬਹੁਤ ਅੱਛਾ ਗੁਜ਼ਾਰਾ ਹੋ ਰਿਹਾ ਸੀਗਾ, ਲੇਕਿਨ ਜਦੋਂ ਦੀ ਮਹਿੰਗਾਈ ਉੱਪਰ ਚਲੇ ਗਈ ਹੈ, ਸ਼ਾਦੀਆਂ ਬੰਦ ਹੋ ਗਈਆਂ ਕਰੋਨਾ ਦੀ ਵਜ੍ਹਾ ਤੋਂ, ਉਸ ਤੋਂ ਬਾਅਦ ਬੜੀ ਮੁਸ਼ਕਲ ਨਾਲ ਗੁਜ਼ਾਰਾ ਹੋ ਰਿਹਾ। ਮਹਿੰਗਾਈ ਅਗਰ ਘੱਟ ਜੇ, ਸ਼ਾਦੀਆਂ ਓਪਨ ਹੋ ਜਾਣ, ਮੈਰਿਜ ਹਾਲ ਸਭ ਕੁਛ, ਤਾਂ ਸਾਡਾ ਕੰਮ ਹੀ ਸ਼ਾਦੀਆਂ ਨਾਲ ਸ਼ਾਦੀਆਂ ਹੋਣਗੀਆਂ, ਗੌਰਮੈਂਟ ਇਜਾਜ਼ਤ ਦੇਗੀ ਸ਼ਾਦੀ ਹਾਲ ਖੋਲ੍ਹਣ ਦੀ, ਅਤੇ ਫਿਰ ਉਸ ਤੋਂ ਬਾਅਦ ਸਾਡਾ ਗੁਜ਼ਾਰਾ ਹੋਏਗਾ। ਲੇਕਿਨ ਮਹਿੰਗਾਈ ਵੀ ਥੋੜ੍ਹੀ ਨੀਚੇ ਆਏਗੀ ਫਿਰ, ਕਿਉਂਕਿ ਇਹਨਾਂ ਦਾ ਖਰਚਾ ਬੜਾ, ਇੱਕ ਆਮ ਇਨਸਾਨ ਨਾਲੋਂ ਜ਼ਿਆਦਾ ਖਰਚਾ ਜਾਨਵਰਾਂ ਦਾ। ਨਾਰਮਲ ਵੀ ਕਰੀਏ ਨਾ, ਇੱਕ ਘੋੜੇ ਦਾ 400 ਤੋਂ 500 ਰੁਪਇਆ ਖਰਚਾ, ਹਾਂਜੀ 2 ਘੋੜਿਆਂ ਦਾ 1000 ਰੁਪਇਆ ਖਰਚਾ, ਮਾਮੂਲੀ ਮਾਮੂਲੀ। ਅਗਰ ਇਸ ਤੋਂ ਉੱਪਰ ਜਾਈਏ ਤਾਂ ਜ਼ਿਆਦਾ ਵੀ ਹੋ ਜਾਂਦਾ। ਖੁਸ਼ਕ ਚਾਰਾ ਹੀ ਹੈ, ਚੋਕਰ ਹੈ, ਫੱਕ ਹੈ, ਤੂੜੀਏ ਅਤੇ ਦਲੀਆ ਖਿਲਾਈਦਾ। ਬਸ ਜਦੋਂ ਕੋਈ ਪ੍ਰੋਗਰਾਮ ਬਾਈ ਅੱਛਾ ਲੱਗ ਜਾਵੇ ਅਤੇ ਉਹਦੀ ਸੇਵਿੰਗ ਕਰ ਲਈ ਦੀ ਹੈ, ਨਹੀਂ ਤਾਂ ਫਿਰ ਅੱਲਾ ਦੇ ਸਪੁਰਤ ਗੁਜ਼ਾਰਾ ਕਰੀ ਜਾ ਰਹੇ ਹਾਂ। ਹਕੂਮਤ ਦੇ ਅੱਗੇ ਹੱਥ ਹੀ ਜੋੜਾਂਗੇ ਜੀ, ਖਾਨ ਸਾਹਿਬ ਅੱਗੇ ਹੱਥ ਜੋੜਾਂਗੇ, ਕੋਈ ਮਹਿੰਗਾਈ ਦਾ ਕੋਈ ਸੱਦੇਬਾਬ ਕਰੋ। ਬੜੇ ਗਰੀਬ ਬੰਦੇ ਨੇ ਇਸ ਮੁਲਕ ਦੇ ਵਿੱਚ, ਅਮੀਰ ਆਦਮੀ ਤਾਂ ਉੱਪਰ ਜਾ ਰਿਹਾ, ਗਰੀਬ ਆਦਮੀ ਨੀਚੇ ਆ ਰਿਹਾ, ਕੋਈ ਖਿਆਲ ਕਰੋ, ਜੋ ਕਿਹਾ ਸੀ ਉਹ ਕਰੋ।